अस्सलाम वालेकुम दोस्तों, स्वागत है तुहाडा फकीरी रंग चैनल दे विच। एक बार फिर हाजिर आप जी द्वारा बार बार पूछे गए सवाल का जवाब लेके कि कितना पता किया जाए भी घर दे विच कोई बैड एनर्जी है, कोई बैड इफेक्ट है, कोई जादू टोने होने का असर लगता है। बहुत सारे दोस्त बार बार गल पूछ रहे सन। अज इस वीडियो दे विच पांच चीजां बारे आप गल करांगे। उन्हां पांच चीजां दा साया मान लो जे तुहाडे घर दे विच तुहानूं लगदा है कि पांच चीजां हो रहियां हन ते इस दे नाल जरूर हो सकदा कि तुहाडे घर दे विच कोई नैगेटिव एनर्जी कोई बैड एनर्जी हो सकदी। पांच चीजां ਉਹ ਕਿਹੜੀਆਂ ਕਿਹੜੀਆਂ ਪੰਜ ਨਿਸ਼ਾਨੀਆਂ ਹਨ ਜਿਨ੍ਹਾਂ ਤੋਂ ਇਹ ਆਪਾਂ ਪਤਾ ਕਰੀਏ ਕਿ ਸਾਡੇ ਘਰ ਦੇ ਵਿੱਚ ਉਹ ਐਨਰਜੀ ਹੈ। ਅਗਰ ਘਰ ਦੇ ਵਿੱਚ ਅਚਾਨਕ ਲੜਾਈ ਝਗੜਾ ਹੋਣ ਲੱਗ ਪਵੇ ਕਿਸੇ ਦੇ ਨਾਲ, ਇੱਕ ਦੂਜੇ ਨਾਲ ਜੋ ਪਹਿਲਾਂ ਬਹੁਤ ਪਿਆਰ ਨਾਲ ਰਹਿੰਦੀ, ਇੱਕਦਮ ਲੜਾਈ ਝਗੜਾ ਹੋਣ ਲੱਗ ਪਵੇ ਤੇ ਇਹਦਾ ਮਤਲਬ ਕਿ ਘਰ ਦੇ ਵਿੱਚ ਕੋਈ ਨਾ ਕੋਈ ਬੈਡ ਇਫੈਕਟ ਹੋ ਸਕਦਾ। ਦੂਜੇ ਨੰਬਰ 'ਤੇ ਜੇ ਆਪਾਂ ਕਹੀਏ ਵੀ ਅਚਾਨਕ ਨੁਕਸਾਨ ਜ਼ਿਆਦਾ ਹੋਣ ਲੱਗ ਪਵੇ ਕੰਮ ਕਾਰ ਦੇ ਵਿੱਚ, ਇੱਕ ਅੱਧੀ ਦਫ਼ਾ ਨੁਕਸਾਨ ਹੋ ਜਾਵੇ ਉਹ ਹੋ ਸਕਦਾ ਕਿ ਕੋਈ ਹੋਰ ਗੱਲ ਹੋ ਸਕਦੀ ਹੈ। ਜੇ ਹਰੇਕ ਕੰਮ ਦੇ ਵਿੱਚ ਘਾਟਾ ਪਵੇ, ਹਰੇਕ ਕੰਮ ਦੇ ਵਿੱਚ ਲਗਾਤਾਰ ਇੱਦਾਂ ਹੋ ਰਿਹਾ ਕਾਫੀ ਸਮੇਂ ਤੋਂ, ਉਹਦੇ ਵਿੱਚ ਪਿੱਛੇ ਵੀ ਕਿਸੇ ਨਾ ਕਿਸੇ ਬੁਰੀ ਐਨਰਜੀ ਦਾ ਬੈਡ ਐਨਰਜੀ ਦਾ ਇਫੈਕਟ ਹੋ ਸਕਦਾ। ਅਗਰ ਅਚਾਨਕ ਤੁਹਾਨੂੰ ਆਪਣੇ ਘਰ ਦੇ ਕਮਰਿਆਂ ਦੇ ਵਿੱਚੋਂ ਭੁਲੇਖਾ ਪੈਣ ਲੱਗ ਪਵੇ, ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਬਹੁਤ ਸਾਰੇ ਦੋਸਤ ਇਹ ਰੋਜ਼ ਸਵਾਲ ਕਰਦੇ ਨੇ ਕਿ ਭੁਲੇਖੇ ਪੈਂਦੇ ਨੇ। ਜੇ ਅਚਾਨਕ ਉਹ ਭੁਲੇਖਾ ਪੈਣ ਲੱਗ ਪਏ ਕਮਰੇ ਦੇ ਵਿੱਚ, ਇੱਦਾਂ ਲੱਗੇ ਕਿ ਕੋਈ ਕਮਰੇ ਦੇ ਵਿੱਚ ਜਾ ਰਿਹਾ ਜਾਂ ਕਮਰੇ ਵਿੱਚ ਕੋਈ ਆ ਰਿਹਾ, ਜਾਂ ਅਚਾਨਕ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਵੀ ਕੋਈ ਮੇਰੇ ਕੋਲ ਪਿੱਛੇ ਖੜਿਆ ਆ ਕੇ ਇੱਕਦਮ ਪਿੱਛੇ ਦੇਖੀਏ ਕੁਝ ਵੀ ਹੈ ਨਹੀਂ, ਜੇ ਇੱਦਾਂ ਦੀ ਚੀਜ਼ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਬੈਡ ਐਨਰਜੀ ਦਾ ਕਿਸੇ ਬੈਡ ਇਫੈਕਟ ਦਾ ਸਾਇਆ ਹੋ ਸਕਦਾ। ਇੱਕ ਹੋਰ ਗੱਲ ਇਹ ਹੁੰਦੀ ਹੈ ਚੌਥੇ ਨੰਬਰ ਤੇ ਕਿ ਜੇ ਸੁੱਤਿਆਂ ਪਿਆਂ ਨੂੰ ਅਚਾਨਕ ਡਰ ਲੱਗਣ ਲੱਗ ਪਵੇ, ਅਚਾਨਕ ਨੀਂਦ ਖਰਾਬ ਹੋਵੇ, ਇੱਕ ਅੱਧੀ ਵਾਰੀ ਹੋਵੇ ਉਹ ਕੋਈ ਗੱਲ ਨਹੀਂ, ਜੇ ਰੋਜ਼ ਜਾਂ ਹਫ਼ਤੇ 'ਚ ਤਿੰਨ ਚਾਰ ਵਾਰੀ ਜਾਂ ਰੋਜ਼ ਇੱਦਾਂ ਹੋ ਰਿਹਾ ਤੇ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇਸੇ ਐਨਰਜੀ ਦਾ ਹੱਥ ਹੋ ਸਕਦਾ। ਤੇ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ, ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ, ਜਦੋਂ ਇਹ ਚੀਜ਼ਾਂ ਥੋੜਾ ਸਮਾਂ ਹੋ ਜਾਂਦਾ ਐਨਰਜੀ ਨੂੰ ਘਰ ਦੇ ਵਿੱਚ, ਤੇ ਜ਼ਿਆਦਾ ਖਾਸ ਕਰਕੇ ਔਰਤਾਂ ਦੇ ਲਈ, ਬੀਬੀਆਂ ਦੇ ਲਈ ਖਾਸ ਕਰਕੇ ਇਹ ਗੱਲ ਹੈ ਕਿ ਜਦੋਂ ਉਹਨਾਂ ਦੇ ਸਰੀਰ ਦੇ ਕਿਸੇ ਪਾਰਟ ਦੇ ਉੱਪਰ ਇੱਕ ਨੀਲੇ ਰੰਗ ਦੇ ਨਿਸ਼ਾਨ ਪੈ ਜਾਣ ਤੇ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਕੋਈ ਬੈਡ ਐਨਰਜੀ ਜ਼ਰੂਰ ਪਿੱਛੇ ਉਹਦੇ ਹੈ, ਕੋਈ ਬਲੈਕ ਮੈਜਿਕ ਦਾ ਜਾਂ ਕੋਈ ਨੈਗੇਟਿਵ ਐਨਰਜੀ ਦਾ ਇਫੈਕਟ ਕਿਤੇ ਨਾ ਕਿਤੇ ਉਹਦੇ ਪਿੱਛੇ ਜ਼ਰੂਰ ਹੈ। ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਆਪਣੇ ਸਰੀਰ ਦੇ ਕਿਸੇ ਅੰਗ ਦੇ ਉੱਪਰ ਨੀਲੇ ਰੰਗ ਦੇ ਦਾਗ ਪੈਣ ਲੱਗ ਪੈਣ ਤੇ ਉਹਨਾਂ ਦੇ ਪਿੱਛੇ ਵੀ ਇਹ ਚੀਜ਼ ਹੁੰਦਾ ਹੈ। ਸੋ ਇਹ ਪੰਜ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ, ਸਾਂਝੀਆਂ ਕੀਤੀਆਂ। ਜੇ ਇੱਦਾਂ ਦਾ ਕੋਈ ਤੁਹਾਨੂੰ ਲੱਗਦਾ ਹੈ ਕਿਸੇ ਵੀ ਇਹਨਾਂ ਦੇ ਵਿੱਚੋਂ ਕੋਈ ਗੱਲਬਾਤ ਤੁਹਾਡੇ ਨਾਲ ਘਰ ਦੇ ਵਿੱਚ ਹੋ ਰਹੀ ਹੈ, ਤੁਸੀਂ ਆਪਣੇ ਮੁਰਸ਼ਿਦ ਪਾਕ ਦੇ ਨਾਲ ਜਾਂ ਆਪਣੇ ਉਸ ਵਿਅਕਤੀ ਦੇ ਨਾਲ ਜਿਸ 'ਤੇ ਸਾਨੂੰ ਪੂਰਨ ਵਿਸ਼ਵਾਸ ਹੋਵੇ, ਉਸ ਮਾਲਿਕ ਦੇ ਘਰ ਦਾ ਕੋਈ ਵਿਅਕਤੀ ਹੋਵੇ, ਹਰ ਥਾਂ ਨਹੀਂ ਇਹ ਗੱਲਾਂ ਸਾਂਝੀਆਂ ਕਰਨੀਆਂ, ਘਰ ਦੀ ਗੱਲ ਹਰ ਥਾਂ ਨਹੀਂ, ਹਰ ਅੱਗੇ ਨਹੀਂ ਸਾਂਝੀ ਕਰੀਦੀ। ਇੱਕ ਉਹ ਖਾਸ ਰੂਹ ਅੱਗੇ ਜਿੱਥੇ ਪਤਾ ਹੈ ਕਿ ਇੱਥੇ ਤੱਕ ਗੱਲ ਸਾਂਝੀ ਕੀਤੀ ਤਾਂ ਇੱਥੇ ਹੀ ਰਹਿ ਜਾਣੀ ਹੈ, ਇੱਦਾਂ ਨਾ ਹੋਵੇ ਕਿ ਉਸ ਥਾਂ ਸਾਂਝੀ ਕੀਤੀ ਜਾਵੇ ਜਿੱਥੇ ਮੁੜ ਕੇ ਇਕੱਠੀ ਨਾ ਹੋ ਸਕੇ। ਸੋ ਆਸ ਕਰਾਂਗਾ ਕਿ ਆਪ ਜੀ ਨੂੰ ਅੱਜ ਦਾ ਇਹ ਵੀਡੀਓ ਚੰਗਾ ਲੱਗਾ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਤੋ ਨੈਕਸਟ ਵੀਡੀਓ ਜਲਦੀ ਲੈ ਕੇ ਹਾਜ਼ਰ ਹੋਵਾਂਗਾ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।